ਚਾਲ ਚਾਲ ਨੇ ਜੀ ਸਾਰੇ ਵੀਰਾ ਅਤੇ ਪੈਣਾ ਤੇ ਅੱਜ ਦਾ ਟੋਪਿਕ ਬਹੁਤ ਇੰਪੋਰਟੈਂਟ ਹੈ ਅੱਜ ਅਸੀਂ ਵਰਬੋ ਪਿਆਚੇਰੇ ਬਾਰੇ ਸਮਝਾਂਗੇ ਜੋ ਵਰਤੀ ਜਾਂਦੀ ਹੈ ਪਸੰਤ ਲਈ ਪਰ ਅਸੀਂ ਇੱਥੇ ਇਹ ਯੂਜ਼ ਕਰਨਾ ਸਿੱਖਣਾ ਹੈ ਕਿ ਜਦੋਂ ਅਸੀਂ ਕਹਿੰਦੇ ਹਾਂ ਮੈਨੂੰ ਪਸੰਦ ਹੈ ਤੈਨੂੰ ਪਸੰਦ ਹੈ ਉਵੇਂ ਅਸੀਂ ਕਿਵੇਂ ਕਹਾਂਗੇ ਕਿਉਂਕਿ ਜਿਹੜੀ ਵਰਬ ਉਹ ਪੈਕਚੇ ਰੇ ਆ ਉਹ ਜਿਵੇਂ ਕਿ ਬਾਕੀ ਵੈਰ ਵੀ ਕੰਮ ਕਰਦੀਆਂ ਨੇ ਉਵੇਂ ਨਹੀਂ ਚਲਦੀ ਜਿਵੇਂ ਬਾਕੀ ਵੈਰ ਵੀ ਨੇ ਜਿਵੇਂ ਵੈਰ ਬੋ ਮੰਜਾਰੇ ਲੈ ਲੋ ਈਓ ਮਾਨ ਜੋ ਤੂੰ ਮਾਂਜੀ ਇਹ ਉਵੇਂ ਨਹੀਂ ਚੱਲ ਲਈ ਕਿ ਜਦੋਂ ਅਸੀਂ ਇਹ ਕਹਿਣਾ ਹੈ ਕਿ ਮੈਨੂੰ ਪਸੰਦ ਹੈ ਤੈਨੂੰ ਪਸੰਦ ਹੈ ਕਿਉਂਕਿ ਅਗਰ ਮੈਂ ਕਹਾ ਮੈਨੂੰ ਪਸੰਦ ਹੈ ਤੇ ਮੈਂ ਯੂਜ਼ ਕਰਾਂ ਈਓ ਪਿਆਚੋ ਤੇ ਇਹਦਾ ਮਤਲਬ ਹੋ ਗਿਆ ਮੈਂ ਪਸੰਦ ਹਾਂ ਨਾ ਕਿ ਮੈਨੂੰ ਪਸੰਦ ਹੈ ਤੇ ਜਦੋਂ ਤੁਸੀਂ ਕਹੋਗੇ ਤੂੰ ਪਿਆਚੀ ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਤੈਨੂੰ ਪਸੰਦ ਹੈ ਇਸਦਾ ਮਤਲਬ ਤੂੰ ਪਸੰਦ ਹੈ ਸੋ ਦੇਖੋ ਡਿਫਰੈਂਸ ਹੈ ਅਸੀਂ ਇਹ ਕਹਿਣਾ ਸਿੱਖਣਾ ਹੈ ਕਿ ਮੈਨੂੰ ਪਸੰਦ ਹੈ ਤੈਨੂੰ ਪਸੰਦ ਹੈ ਸਾਨੂੰ ਪਸੰਦ ਹੈ ਤੁਹਾਨੂੰ ਪਸੰਦ ਹੈ ਕਿਵੇਂ ਕਹਾਂਗੇ ਸੋ ਜਦੋਂ ਅਸੀਂ ਕਹਿਣਾ ਹੈ ਮੈਨੂੰ ਪਸੰਦ ਹੈ ਅਸੀਂ ਕਹਾਂਗੇ ਮੀ ਪਿਆਚੇ ਮਤਲਬ ਜੇ ਤੁਸੀਂ ਸਿੰਗਲ ਚੀਜ਼ ਬਾਰੇ ਗੱਲ ਕਰ ਰਹੇ ਹਾਂ ਮੈਨੂੰ ਪਸੰਦ ਹੈ ਮੈਨੂੰ ਸੇਬ ਪਸੰਦ ਹੈ ਤੇ ਮੈਂ ਕਹੂੰਗਾ ਮੀ ਪਿਆਚੇ ਹਣਾ ਮੀ ਪਿਆਚੇ ਪਰ ਜਦੋਂ ਅਸੀਂ ਜਾਦੇ ਚੀਜ਼ਾਂ ਬਾਰੇ ਗੱਲ ਕਰਾਂਗੇ ਤੇ ਅਸੀਂ ਮੀ ਪਿਆਚੇ ਨਹੀਂ ਯੂਜ਼ ਕਰਾਂਗੇ ਅਸੀਂ ਕਹਾਂਗੇ ਮੀ ਪਿਆ ਚੋਨੋ ਮਤਲਬ ਮੈਨੂੰ ਪਸੰਦ ਹਨ ਫਰਕ ਦੇਖੋ ਮੈਨੂੰ ਪਸੰਦ ਹੈ ਤੇ ਮੈਨੂੰ ਪਸੰਦ ਹਨ ਉੱਥੇ ਮੀ ਦੀ ਵਰਤੋਂ ਕਰਾਂਗੇ ਮੀ ਪਿਆਚੇ ਮੀ ਪਿਆ ਚੋਨੋ ਤੈਨੂੰ ਪਸੰਦ ਹੈ ਤੀ ਪਿਆਚੇ ਤੈਨੂੰ ਪਸੰਦ ਹਨ 30 ਪਿਆਚੋ ਹੁਣ ਅਗਰ ਅਸੀਂ ਗੱਲ ਕਰਦੇ ਆ ਇੱਕ ਮਾਸਕੀਓ ਦੀ ਇੱਕ ਥਰਡ ਪਰਸਨ ਦੀ ਜਿਹਦੇ ਲਈ ਤੁਸੀਂ ਪ੍ਰੋਨਾਉਨ ਲੋਂਦੇ ਹੋ ਇੰਗਲਿਸ਼ ਵਿੱਚ ਹੀ ਤੇ ਉਹਨੂੰ ਅਸੀਂ ਜਦੋਂ ਇਟਾਲੀਅਨ ਵਿੱਚ ਕਹਾਂਗੇ ਉਹਨੂੰ ਪਸੰਦ ਹੈ ਉਸ ਨੂੰ ਲੂਈ ਨੂੰ ਕਿ ਉਸ ਥਰਡ ਪਰਸਨ ਨੂੰ ਤੇ ਆਪਾਂ ਕਹਾਂਗੇ ਲੀ ਪਿਆਚੇ ਉਹਨੂੰ ਪਸੰਦ ਹੈ ਤੇ ਜਦੋਂ ਕਹਾਂਗੇ ਉਹਨੂੰ ਪਸੰਦ ਹਨ ਲੀ ਪਿਆਚੋਨੋ ਹੁਣ ਅਗਰ ਅਸੀਂ ਗੱਲ ਕਰਾਂਗੇ ਕਿ ਫੀਮੇਲ ਦੀ ਇੱਕ ਥਰਡ ਪਰਸਨ ਦੀ ਜਿਹਦੇ ਲਈ ਤੁਸੀਂ ਇੰਗਲਿਸ਼ ਵਿੱਚ ਸ਼ੀ ਯੂਜ਼ ਕਰਦੇ ਹੋ ਤੇ ਇਟਾਲੀਅਨ ਵਿੱਚ ਲੇਈ ਯੂਜ਼ ਕਰਦੇ ਹੋ ਤੇ ਜਦੋਂ ਅਸੀਂ ਕਹਾਂਗੇ ਉਹਨੂੰ ਪਸੰਦ ਹੈ ਤੇ ਕਹਾਂਗੇ ਲੇ ਪਿਆਚੇ ਜਦੋਂ ਅਸੀਂ ਕਹਾਂਗੇ ਉਹਨੂੰ ਪਸੰਦ ਹਨ ਕਹਾਂਗੇ ਲੇ ਪਿਆਚੋਨੋ ਹੁਣ ਕਹਾਂਗੇ ਸਾਨੂੰ ਪਸੰਦ ਹੈ ਚੀ ਪਿਆਚੇ ਸਾਨੂੰ ਪਸੰਦ ਹਨ ਚੀ ਪਿਆਚੋਨੋ ਹੁਣ ਕਹਾਂਗੇ ਜੀ ਤੁਹਾਨੂੰ ਪਸੰਦ ਹੈ ਵੀ ਪਿਆਚੇ ਤੁਹਾਨੂੰ ਤੁਹਾਨੂੰ ਪਸੰਦ ਹਨ ਵੀ ਪਿਆਚੋਨੋ ਉਹਨਾਂ ਨੂੰ ਪਸੰਦ ਹੈ ਉਹਨਾਂ ਲਈ ਵੀ ਲੀ ਯੂਜ਼ ਹੁੰਦਾ ਹੈ ਲੀ ਪਿਆਚੇ ਉਹਨਾਂ ਨੂੰ ਪਸੰਦ ਹਨ ਲੀ ਪਿਆਚੋਨੋ ਹੁਣ ਜਿਹੜਾ ਪਿਆਚੇ ਤੇ ਪਿਆਚੋਨੋ ਆ ਉਹ ਯੂਜ਼ ਹੁੰਦਾ ਹੈ ਉਸ ਚੀਜ਼ ਦੇ ਲਈ ਜਿਹੜੀ ਚੀਜ਼ ਤੁਹਾਡੀ ਪਸੰਦ ਹੈ ਅਗਰ ਉਹ ਚੀਜ਼ ਇੱਕ ਸਿੰਗਲ ਚੀਜ਼ ਹੈ ਉੱਤੇ ਤੁਸੀਂ ਪਿਆਚੇ ਲਾਉਗੇ ਉਹ ਚੀਜ਼ ਅਗਰ ਬਹੁਗਿਣਤੀ ਵਿੱਚ ਹੈ ਪਲੂਰਲ ਦੇ ਵਿੱਚ ਹੈ ਉੱਤੇ ਤੁਸੀਂ ਪਿਆਚੋਨੋ ਲਾਉਗੇ ਹੁਣ ਮੀ ਤੀ ਲੀ ਲੈ ਚੀ ਵੀ ਲੀ ਅਸੀਂ ਕਿਉਂ ਯੂਜ਼ ਕਰਦੇ ਹਾਂ ਪਹਿਲਾਂ ਇਹਨਾਂ ਨੂੰ ਸਮਝਦੇ ਹਾਂ ਮੀ ਦਾ ਮਤਲਬ ਹੈ ਆ ਮੈਂ ਆ ਇੱਕ ਪ੍ਰੈਪੋਜੀਸ਼ਨ ਹੈ ਜਿਹਨੂੰ ਇਟਾਲੀਅਨ ਵਿੱਚ ਨੋ ਕਹਿੰਦੇ ਆ ਮੈਂ ਦਾ ਮਤਲਬ ਮੈਂ ਆ ਮੈਂ ਮਤਲਬ ਮੈਨੂੰ ਆ ਤੈ ਤੈਨੂੰ ਆ ਲੂਈ ਉਸਨੂੰ ਆ ਲੈ ਉਸਨੂੰ ਆ ਨੋਈ ਸਾਨੂੰ ਆ ਵੋਈ ਤੁਹਾਨੂੰ ਆ ਲੋਰੋ ਉਹਨਾਂ ਨੂੰ ਹੁਣ ਇੱਕ ਬਹੁਤ ਅਹਿਮ ਚੀਜ਼ ਜਿਹੜੀ ਤੁਸੀਂ ਹੁਣ ਸਮਝੋਗੇ ਸੈਂਟੈਂਸਸ ਦੇ ਨਾਲ ਹੁਣ ਜਿਵੇਂ ਇੱਕ ਸੈਂਟੈਂਸ ਆ ਸੈਂਟੈਂਸੇ ਲਿਖਿਆ ਹੈ ਜੀ ਮੀ ਪਿਆਚੇ ਲਾ ਲਿੰਗਵਾ ਇਤਾਲੀਆਨਾ ਮੈਨੂੰ ਇਟਾਲੀਅਨ ਲੈਂਗੁਏਜ ਪਸੰਦ ਹੈ ਮੈਨੂੰ ਇਟਾਲੀਅਨ ਲੈਂਗੁਏਜ ਪਸੰਦ ਹੈ ਹੁਣ ਮੰਨ ਲਓ ਹੁਣ ਮੈਨੂੰ ਪਤਾ ਨਹੀਂ ਆ ਮੈਂ ਮੀ ਦੀ ਵਰਤੋਂ ਕਿਵੇਂ ਕਰਾਂ ਮੈਨੂੰ ਮੀ ਨਹੀਂ ਹੁੰਦਾ ਪਰ ਮੈਨੂੰ ਇਹ ਪਤਾ ਹੋਣਾ ਚਾਹੀਦਾ ਕਿ ਆ ਜਿਹੜਾ ਪ੍ਰੈਪੋਜੀਸ਼ਨ ਹੈ ਨੂੰ ਦੇ ਤੌਰ ਤੇ ਵਰਤੇ ਜਾਂਦਾ ਤੇ ਮੈਂ ਦਾ ਮਤਲਬ ਮੈਂ ਵਾਂ ਮੈਂ ਇਸ ਤਰ੍ਹਾਂ ਵੀ ਕਹਿ ਸਕਦਾ ਲਾ ਲਿੰਗਵਾ ਇਤਾਲੀਆਨਾ ਪਿਆਚੇ ਅਮੈਂ ਜਾਂ ਆ ਮੈਂ ਪਿਆਚੇ ਲਾ ਲਿੰਗਵਾਇ ਤਲੀਆਣਾ ਹੁਣ ਗੱਲ ਇੱਥੇ ਮੁੱਕਦੀ ਹੈ ਕਿ ਤੁਸੀਂ ਦੇਖਦੇ ਹੋ ਕਿ ਇੱਕ ਲਾਈਨ ਹੈ ਇੱਕ ਲਾਈਨ ਨੂੰ ਕਿਸੇ ਨੇ ਪੜ੍ਹ ਦਿੱਤਾ ਉਹ ਰੱਟਾ ਮਾਰ ਲਿਆ ਤਾਂ ਇਦਾਂ ਬੋਲੀ ਆ ਗਈ ਇਦਾਂ ਨਹੀਂ ਬੋਲੀ ਹੋਣੀ ਇੱਕ ਗੱਲ ਨੂੰ ਕਹਿਣ ਦੇ ਬਹੁਤ ਤਰੀਕੇ ਨੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਗਲਾ ਕਿਸ ਤਰੀਕੇ ਨਾਲ ਗੱਲ ਕਹਿ ਰਿਹਾ ਹੈ ਹੁਣ ਮੈਂ ਆ ਇਦਾਂ ਨਹੀਂ ਕਹਿੰਦਾ ਮੀ ਪਿਆਚੇ ਲਾ ਲਿੰਗਵਾਇ ਤਲੀਆਣਾ ਮੈਂ ਕਹਿੰਨਾ ਆ ਮੈਂ ਪਿਆਚੇ ਲਾ ਲਿੰਗਵਾਇ ਤਲੀਆਣਾ ਤੁਸੀਂ ਚੱਕਰਾਂ 'ਚ ਪੈ ਜਾਣਾ ਅਸੀਂ ਤਾਂ ਮੀ ਨਾਲ ਸਿੱਖਿਆ ਸੀ ਆ ਮੈਂ ਕਿੱਥੋਂ ਆ ਗਿਆ ਹੁਣ ਜੇ ਆ ਮੈਂ ਇਹਨੇ ਪਹਿਲਾਂ ਲਾ ਤਾਂ ਮੈਂ ਐਂਡ 'ਚ ਵੀ ਲਾ ਸਕਦਾ ਫਿਰ ਵੀ ਤੁਸੀਂ ਚੱਕਰਾਂ ਦੇ ਚ ਪੈ ਜਾਣਾ ਹੁਣ ਇਸ ਗੱਲ ਦਾ ਕੀ ਮਤਲਬ ਨਿਕਲਿਆ ਮਤਲਬ ਕੋਈ ਨਹੀਂ ਨਿਕਲਿਆ ਮਤਲਬ ਇੱਕ ਹੀ ਆ ਮਤਲਬ ਇਹ ਨਿਕਲਿਆ ਕਿ ਰੱਟੇ ਮਾਰ ਕੇ ਬੋਲੀ ਨਹੀਂ ਹੋਣੀ ਬੋਲੀ ਪੜ੍ਹ ਕੇ ਚੀਜ਼ ਨੂੰ ਸਮਝ ਕੇ ਚੰਗੇ ਤਰੀਕੇ ਦੇ ਨਾਲ ਫਿਰ ਆਉਣੀ ਆ ਤੇ ਪਿਆ ਚੋਨੋ ਲੇ ਸਟੋਰੀਏ ਤੈਨੂੰ ਕਹਾਣੀਆਂ ਪਸੰਦ ਹਨ ਲੀ ਪਿਆ ਚੇ ਇਲ ਕਾਫੇ ਉਹਨੂੰ ਕਾਫੇ ਪਸੰਦ ਹੈ ਲੇ ਸਟੋਰੀਗੇ ਕਹਾਣੀਆਂ ਜਾਦੀਆਂ ਚੀਜ਼ਾਂ ਬਾਰੇ ਤਾਂ ਲੱਗਿਆ ਪਿਆ ਚੋਨੋ ਲੈ ਪਿਆ ਚੇ ਲਾਤਾਂ ਸਕਲਾਸਿਕਾ ਉਸਨੂੰ ਕਲਾਸਿਕ ਡਾਂਸ ਪਸੰਦ ਹੈ ਚੀਪਿਆ ਚੋਨੋ ਈ ਬਿਸਕੋਟੀ ਸਾਨੂੰ ਬਿਸਕੁਟ ਪਸੰਦ ਹਨ ਵੀ ਪਿਆ ਚੇ ਇਲਕਾਲ ਚੋ ਤੁਹਾਨੂੰ ਫੁੱਟਬਾਲ ਪਸੰਦ ਹੈ 14 ਜੂਨ ਨੂੰ ਸ਼ਾਮ 9:30 ਵਜੇ ਦੇ ਟਾਈਮ ਤੇ ਸਾਡੀ ਇੱਕ ਹੋਰ ਨਵੀਂ ਲੈਂਗੁਏਜ ਦੀ ਕਲਾਸ ਸ਼ੁਰੂ ਹੋਣ ਚੱਲੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਜਾਂ WhatsApp ਨੰਬਰ ਹੈ 3396610900 ਉਮੀਦ ਹੈ ਕਿ ਬਹੁਤ ਵਧੀਆ ਤਰੀਕੇ ਨਾਲ ਤੁਹਾਨੂੰ ਇਹ ਚੀਜ਼ ਸਮਝ ਲੱਗੀ ਹੋਵੇਗੀ। ਬਹੁਤ-ਬਹੁਤ ਧੰਨਵਾਦ ਜੀ ਸਾਰਿਆਂ ਦਾ।